ਹਿੰਦੁਸਤਾਨ ਦਾ ਲੁੱਟਿਆ ਹੋਇਆ ਮਾਲ ਵੀ ਖੋ ਲੈਂਦੇ ਸਨ ਤੇ ਬਹੂ ਬੇਟੀਆਂ ਨੂੰ ਵੀ ਬਚਾਉਂਦੇ ਸਨ। ਆਪ ਜੀ ਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ 22,000 ਹਿੰਦੁਸਤਾਨੀਆਂ ਦੀਆਂ ਬੇਟੀਆਂ ਨੂੰ ਸਿੰਘਾਂ ਨੇ ਇਹਨਾਂ ਜ਼ਾਲਮਾਂ ਕੋਲੋਂ ਛੁਡਵਾਇਆ। ਜਿਸ ਵੇਲੇ ਇਹ ਪੰਜਾਬ ਵਿੱਚੋਂ ਇਹਨਾਂ ਨੂੰ ਬੰਦੀ ਬਣਾ ਕੇ ਅਫਗਾਨਿਸਤਾਨ ਲੈ ਕੇ ਜਾ ਰਹੇ ਸਨ, ਫਿਰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਤੇ ਜਿਸ ਵੇਲੇ ਇਹਨਾਂ ਜ਼ਾਲਮ ਬਾਦਸ਼ਾਹਾਂ ਨੂੰ ਪਤਾ ਲੱਗਾ ਕਿ ਸਾਡਾ ਰਸਤਾ ਹਿੰਦੁਸਤਾਨ ਵਿੱਚ ਅਗਰ ਕੋਈ ਰੋਕਦਾ ਹੈ ਤੇ ਕੇਵਲ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਦੇ ਸਿੰਘ ਰੋਕਦੇ ਹਨ, ਤੇ ਸਿੰਘਾਂ ਨੂੰ ਖਤਮ ਕਰਨ ਵਾਸਤੇ ਇਹਨਾਂ ਜ਼ਾਲਮ ਬਾਦਸ਼ਾਹਾਂ ਨੇ ਫਿਰ ਲਾਹੌਰ ਦੇ ਨਵਾਬ ਨੂੰ ਇਹ ਕਹਿ ਦਿੱਤਾ ਕਿ ਇਹਨਾਂ ਸਿੰਘਾਂ ਨੂੰ ਖਤਮ ਕੀਤਾ ਜਾਏ। ਉਸ ਵੇਲੇ ਐਲਾਨ ਕਰ ਦਿੱਤਾ ਗਿਆ ਜਿਹੜਾ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਹਨੂੰ 80 ਰੁਪਏ ਇਨਾਮ, ਜਿਹੜਾ ਸਿੱਖ ਦਾ ਪਤਾ ਦੱਸੇ ਉਹਨੂੰ 10 ਰੁਪਏ ਇਨਾਮ। ਇੱਕ ਐਸਾ ਭਿਆਨਕ ਦੌਰ ਚੱਲਿਆ। ਉਸ ਵੇਲੇ ਦੀ ਇੱਕ ਗੱਲ, ਦੋ ਸਿੰਘ ਜੰਗਲ ਵੱਲ ਜਾ ਰਹੇ ਸਨ ਜਿਨ੍ਹਾਂ ਦੇ ਪਿੱਛੇ ਦੋ ਮੁਸਲਮਾਨ ਲੱਗੇ ਹੋਏ ਸਨ। ਲੁਕਦੇ ਛਿਪਦੇ ਕਿਧਰੇ ਮੌਕਾ ਮਿਲੇ ਤੇ ਦੋਨਾਂ ਸਿੰਘਾਂ ਦਾ ਸਿਰ ਵੱਢ ਕੇ ਲੈ ਚੱਲੀਏ ਔਰ ਲਾਹੌਰ ਜਾ ਕੇ ਨਵਾਬ ਦੇ ਕੋਲੋਂ ਇਨਾਮ ਲਈਏ। ਦੋਨੋਂ ਸਿੰਘ ਤੁਰੇ ਹੋਏ ਨੇ ਪਰ ਇਹਨਾਂ ਦੋਨਾਂ ਮੁਸਲਮਾਨਾਂ ਦਾ ਕੋਈ ਦਾ ਨਾ ਲੱਗਾ। ਸਤ ਸੰਗਤ, ਇਹ ਤੁਹਾਡਾ ਇਤਿਹਾਸ ਹੈ, ਇਹ ਆਪਣੇ ਬੱਚਿਆਂ ਨੂੰ ਸੁਣਾਇਆ ਕਰੋ ਕਿ ਬੇਟਾ ਤੁਹਾਡੇ ਬਜ਼ੁਰਗ ਕੈਸੇ ਸਨ। ਤੁਸੀਂ ਦੁਨੀਆਂ ਦੀ ਭੀੜ ਵਿੱਚ ਗਵਾਚਣ ਵਾਸਤੇ ਨਹੀਂ, ਤੁਹਾਨੂੰ ਕਲਗੀਆਂ ਵਾਲੇ ਨੇ ਵੱਖਰਾ ਰੂਪ ਦਿੱਤਾ ਹੈ। ਇੱਧਰ ਸਿੰਘਾਂ ਨੂੰ ਚਲਦਿਆਂ ਚਲਦਿਆਂ ਦੁਪਹਿਰ ਹੋ ਗਈ ਤੇ ਦੋਨੋਂ ਸਿੰਘ ਇੱਕ ਦੂਸਰੇ ਨੂੰ ਕਹਿਣ ਲੱਗੇ, ਸਿੰਘ ਜੀ ਲੰਗਰ ਦਾ ਵੇਲਾ ਹੈ, ਭੁੱਖ ਲੱਗੀ ਹੈ, ਲੰਗਰ ਛਕ ਲਈਏ। ਹੁਣ ਇਹ ਜਿਹੜੇ ਮੁਸਲਮਾਨ ਲੁਕਦੇ ਪਿੱਛੇ ਆ ਰਹੇ ਸਨ ਕਹਿਣ ਲੱਗੇ, ਨਾ ਤੇ ਭਾਂਡਾ ਇਹਨਾਂ ਕੋਲ, ਨਾ ਕੋਈ ਸਮਾਨ, ਗੱਲ ਲੰਗਰ ਦੀ ਕਰਦੇ ਨੇ, ਦੇਖੀਏ ਤੇ ਸਹੀ ਕਿਹੜਾ ਲੰਗਰ ਛਕਦੇ ਨੇ। ਦੋਨੋਂ ਸਿੰਘ ਖਲੋ ਗਏ। ਇੱਕ ਸਿੰਘ ਨੇ ਜੇਬ ਵਿੱਚੋਂ ਰੁਮਾਲ ਕੱਢ ਕੇ ਧਰਤੀ ਤੇ ਵਿਛਾਇਆ, ਦੂਸਰੀ ਜੇਬ ਵਿੱਚ ਹੱਥ ਪਾਇਆ, ਇੱਕ ਮੁੱਠ ਭੁੱਜੇ ਹੋਏ ਛੋਲੇ ਨਿਕਲੇ, ਰੁਮਾਲ ਤੇ ਰੱਖ ਦਿੱਤੇ, ਤੇ ਦੂਸਰਾ ਸਿੰਘ ਜਿਹੜਾ ਹੈ ਉਹਨੇ ਵੀ ਜੇਬ ਵਿੱਚ ਹੱਥ ਪਾਇਆ, ਇੱਕ ਮੁੱਠ ਭੁੱਜੇ ਹੋਏ ਛੋਲੇ ਉਹਦੀ ਜੇਬ ਵਿੱਚੋਂ ਵੀ ਨਿਕਲੇ, ਦੋ ਮੁੱਠ ਛੋਲੇ ਰੁਮਾਲ ਤੇ ਰੱਖ ਦਿੱਤੇ। ਧਨ ਸਿੱਧਕ ਧਨ ਸਿੱਖੀ ਗੱਲ ਵਿੱਚ ਇਹੋ ਪੱਲਾ ਪਾਇਆ ਤੇ ਅਰਦਾਸ ਕਰਦੇ ਨੇ, ਐ ਕਲਗੀਆਂ ਵਾਲੇ ਪਿਤਾ, ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਲੰਗਰ ਤਿਆਰ ਹੈ, ਆਪ ਜੀ ਪ੍ਰਵਾਨ ਕਰੋ। ਪ੍ਰਵਾਨ ਹੋਇਆ, ਲੰਗਰ ਅਟੁੱਟ ਵਰਤੇ, ਇਹੋ ਕਹਿ ਕੇ ਜੈਕਾਰਾ ਛੱਡਿਆ। ਫਿਰ ਉੱਚੀ ਸਾਰੀ ਆਵਾਜ਼ ਮਾਰੀ, ਭਾਈ ਗੁਰੂ ਕਾ ਲੰਗਰ ਤਿਆਰ ਹੈ, ਜੇ ਕਿਸੇ ਨੇ ਛਕਣਾ ਤੇ ਹਾਜ਼ਰ ਹੋ ਜਾਵੇ। ਦੋਨੋਂ ਮੁਸਲਮਾਨ ਕਹਿਣ ਲੱਗੇ, ਦੋ ਮੁੱਠ ਛੋਲਿਆਂ ਦੀ ਖਾਣਗੇ ਕੀ ਤੇ ਖਵਾਣਗੇ ਕੀ, ਦੇਖੀਏ ਤੇ ਸਹੀ ਖਵਾਣਗੇ ਕਿ ਐਵੇਂ ਗੱਲਾਂ ਹੀ ਨੇ। ਦੋਨੋਂ ਮੁਸਲਮਾਨ ਕੋਲ ਆਏ, ਕਹਿਣ ਲੱਗੇ, ਸਿੰਘ ਜੀ ਸਾਨੂੰ ਭੁੱਖ ਲੱਗੀ ਏ। ਇੱਥੇ ਵੀ ਦੋਨਾਂ ਸਿੰਘਾਂ ਨੇ ਇੱਕ ਦੂਸਰੇ ਵੱਲ ਦੇਖਿਆ, ਚਿਹਰੇ ਤੇ ਮੁਸਕਰਾਹਟ ਆਈ ਤੇ ਇੱਕ ਦੂਸਰੇ ਨੂੰ ਕਹਿਣ ਲੱਗੇ, ਕਲਗੀਆਂ ਵਾਲੇ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਆਖੋ ਸਤਨਾਮ ਸ੍ਰੀ। ਦੋਨਾਂ ਮੁਸਲਮਾਨਾਂ ਨੂੰ ਕਿਹਾ, ਬਹਿ ਜਾਓ, ਪਤਾ ਵੀ ਇਹ ਵੀ ਇਹ ਸਾਨੂੰ ਮਾਰਨ ਆਏ ਨੇ। ਇੱਕ ਇੱਕ ਮੁੱਠ ਛੋਲਿਆਂ ਦੀ ਦੋਨਾਂ ਮੁਸਲਮਾਨਾਂ ਨੂੰ ਵੰਡ ਕੇ, ਰੁਮਾਲ ਝਾੜ ਕੇ ਦੋਨਾਂ ਸਿੰਘਾਂ ਨੇ ਆਪਣੀ ਜੇਬ ਵਿੱਚ ਪਾ ਲਿਆ, ਇੱਕ ਜੈਕਾਰਾ ਛੱਡਿਆ। ਜੈਕਾਰਾ ਛੱਡ ਕੇ ਇਉਂ ਕਿਹਾ, ਅਬ ਤੋਂ ਲੰਗਰ ਮਸਤ ਪਏ ਹੈ। ਤੇ ਨਾਲੇ ਕਹਿੰਦੇ ਨੇ, ਇਹ ਕਲਗੀਆਂ ਵਾਲੇ ਪਿਤਾ, ਤੁਸਾਂ ਕਿੰਨੀ ਕਿਰਪਾ ਕੀਤੀ ਜੋ ਅੱਜ ਸਾਨੂੰ ਸੇਵਾ ਦਾ ਮੌਕਾ ਦਿੱਤਾ। ਕਹਿ ਕੇ ਆਪਣੇ ਰਾਹ ਤੇ ਚੱਲ ਪਏ ਭੁੱਖੇ ਭਾਣੇ। ਤੇ ਉਹ ਜਿਹੜੇ ਮੁਸਲਮਾਨ ਸਨ ਜਿਨ੍ਹਾਂ ਨੇ ਕੁਝ ਛੋਲੇ ਆਪਣੇ ਹਾਲੇ ਮੂੰਹ ਵਿੱਚ ਹੀ ਪਾਏ ਸਨ, ਉਹਨਾਂ ਮੁਸਲਮਾਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਤੇ ਜਿੱਥੇ ਸਿੰਘ ਖਲੋਤੇ ਸਨ ਉਸ ਜਗ੍ਹਾ ਤੋਂ ਮਿੱਟੀ ਚੁੱਕ ਕੇ ਦੋਨਾਂ ਮੁਸਲਮਾਨਾਂ ਨੇ ਆਪਣੇ ਮੱਥੇ ਤੇ ਲਾਈ ਤੇ ਰੋਂਦਿਆਂ ਕਹਿਣ ਲੱਗੇ, ਸਿੰਘੋ ਕਾਸ਼ ਸਾਡਾ ਜਨਮ ਵੀ ਕਿਸੇ ਸਿੱਖ ਦੇ ਘਰ ਹੁੰਦਾ। ਧੰਨ ਹੋ ਤੁਸੀਂ, ਧੰਨ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ, ਓਏ ਅਸੀਂ ਤੁਹਾਡੇ ਸਿਰ ਵੱਢਣ ਆਏ।
एक एक मुठ छोलिया दी सानू खवा के अपने गुरु का शुक्र करते हुए फिर अपने राह ते चल पे हो। काश साडा गुरु भी गुरु गोबिंद सिंह हुंदा। सतसंगत ऐसे ने धन गुरु गोबिंद सिंह महाराज, ऐसा उन्होंने खालसा साजिया, ऐसा प्यार अपने खालसे विच भरिया और यही सानू सिख्या दित्ती कि भाई जीना इस तरह जियो, भला करके जियो। सतसंगत खालसा किसी का वैरी नहीं, खालसे की जंग हमेशा जुल्म नाल होंदी है। खालसा जीउंदा है भले वास्ते, खालसा मरदा है जुल्म का नाश करदिया होया। ताई किसी शायर ने लिखा है कि खबरे किन्ना शहीदा ने खून दिता ता जाके साड़ी कौम हरी भरी हुई है। साड़िया सिरा ते आरिया नाच कीते, असी चरखड़ी की शिद्दत जरी हुई है। सदके जाओ मैं उन्हां बहादरां तों जान जिन्हां ने तली ते धरी हुई है। ओ दुनिया एक मनसूर ते माण करती, ये सारी कौम मनसूरा नाल भरी हुई है। आओ सारे मिलके जपो जी। जय जय कार करे सब कोई जय जय कार।
ਦੀ ਸੇਵਾ ਪ੍ਰਵਾਨ ਕਰਨੀ। ਧੰਨਵਾਦ ਹੈ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਦੂਰੋਂ ਨੇੜਿਓਂ ਚੱਲ ਕੇ ਆਈਆਂ ਹੋਈਆਂ ਸ਼ਰਧਾਵਾਨ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਅਤੀ ਧੰਨਵਾਦੀ ਹਾਂ। ਸਭ ਦਾ ਭਲਾ ਮੰਗਣ ਵਾਲੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਦੀ ਸਮੂਹ ਸ਼ਰਧਾਵਾਨ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨੇ ਆ, ਜਿਨ੍ਹਾਂ ਦੇ ਮਹਾਨ ਉੱਤਮ ਉਪਰਾਲੇ ਦਾ ਸਦਕਾ ਆਪ ਜੀ ਵਰਗੀਆਂ ਸ਼ਰਧਾਵਾਨ ਸੰਗਤਾਂ ਦੇ ਦਰਸ਼ਨ ਨਸੀਬ ਹੋਏ ਨੇ। ਸੂਝਵਾਨ ਸਟੇਟ ਸਕੱਤਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ। ਸਾਊਂਡ ਸਿਸਟਮ ਵਾਲਿਆਂ ਦਾ, ਫਤਿਹ ਚੈਨਲ ਵਾਲਿਆਂ ਦਾ ਧੰਨਵਾਦ ਹੈ ਜੀ। ਮਹਾਰਾਜ ਰਹਿਮਤ ਕਰਨ, ਸਮੂਹ ਪ੍ਰਬੰਧਕ ਵੀਰਾਂ ਦੇ ਸਿਰ ਤੇ, ਸਮੂਹ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ, ਤੁਹਾਡੇ ਭੰਡਾਰੇ ਭਰੇ ਰਹਿਣ। ਮੇਰੇ ਸਤਿਗੁਰੂ ਤੁਹਾਡੇ ਬੱਚਿਆਂ ਨੂੰ ਆਪਣੇ ਦਰ ਘਰ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ ਜੀ। ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਆਪਣੀ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਉਮਰੀ ਮਹਿਮਾ ਵਰਨ ਨਾ ਸਾਸੋ, ਤੂੰ ਠਾਕੁਰ ਪੂਜ ਭਗਵਾਨਾ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ।
ਤਾਣਿਓ ਕੇ ਤਾਣ ਨੇ ਓਟਿਓ ਕੀ ਓਟ ਨੇ ਆਸਰਿਓ ਕਾ ਆਸਰਾ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਨਿਵਾਸ ਕਬੀਰ ਐਸੀ ਕਬੀਰ